ਵੈਟਰਨਰੀ ਡਿਪਾਰਟਮੈਂਟ ਚ ਡਾਕਟਰ ਰੱਖੇ ਗਏ ਨੇ 68 ਰੱਖੇ ਨੇ 682034 ਰਾਜਸਥਾਨ ਦੇ ਹਰਿਆਣੇ ਦੇ ਰੱਖੇ ਗਏ ਇਹ ਧਰੋਣੀਆ ਧੋਖਾ ਨਹੀਂ ਹੈ ਪੰਜਾਬ ਦਾ ਕਿਹੜਾ ਮੁੰਡਾ ਕੁੜੀ ਹੈ ਜਿਹਨੂੰ ਹਰਿਆਣੇ ਦੇ ਵਿੱਚ ਅਜੇ ਤੱਕ ਨੌਕਰੀ ਦਿੱਤੀ ਕਿਸੇ ਨੇ ਸਾਡ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਆ ਕੇ ਵੀ ਬਾਹਰਲੇ ਸੂਬੇ ਪਰਤੀ ਹੋ ਰਹੇ ਕੁੜੀਆਂ ਮੁੰਡੇ ਪੰਜਾਬ ਮੁੰਡੇ ਹੋ ਕੁੜੀਆਂ ਮੁੰਡੇ ਕੁੱਟਖਾਨ ਤੇ ਰਹਿ ਕੇ ਪੰਜਾਬ ਪੁਲਿਸ ਦੀ ਸ਼ਰਮਣੀ ਕਾਲੀ ਦਲ ਵਾਸਤੇ ਵੀ ਸ਼ਰਮ ਵਾਲੀ ਗੱਲ ਹੈ ਕਾਂਗਰਸ ਪਾਰਟੀ ਵਾਸਤੇ ਵੀ ਸ਼ਰਮ ਵਾਲੀ ਗੱਲ ਹੈ ਤੇ ਭਗਵੰਤ ਮਾਨ ਵਾਸਤੇ ਵੀ ਸ਼ਰਮ ਵਾਲੀ ਗੱਲ ਹੈ ਕਿ ਸਾਡੇ ਪੰਜਾਬੀ ਮੁੰਡਿਆਣਾ ੱੱੱੱੱ ਜੋ ਚੰਡੀਗੜ੍ਹ ਤੇ ਜਦੋਂ ਇੱਥੇ ਪਹੁੰਚ ਗਿਆ ਲੱਖ ਡੇਢ ਲੱਖ ਮੁੰਡਾ ਕੁੜੀ ਤੇ ਭਗਵੰਤ ਮਾਨ ਨੂੰ ਪੈ ਜਾਣ ਗਿਆ ਭਾਜੜਾ ਭਰਤੀ ਰੂਲ ਬਣਾ ਲੈਣ ਚਾਹੀਦੇ ਆ ਕਿ ਸਿਰਫ ਪੰਜਾਬ ਦੇ ਵਿੱਚ ਉਹਨੂੰ ਨੌਕਰੀ ਮਿਲਣੀ ਚਾਹੀਦੀ ਆ ਜਿਹੜੇ ਮੂਲ ਰੂਪ ਦੇ ਵਿੱਚ ਪੰਜਾਬੀ ਆ ਹਰਿਆਪਨ ਕੰਮ ਆ ਰਿਹਾ ਇਨਡਾਇਰੈਕਟ ਵੇ ਦੇ ਨਾਲ ਕਿ ਜੇ ਲਾ ਧਰਨੇ ਦਿੰਦੇ ਆ ਕਿ ਤੇ ਕੁੱਟੋ ਲਾਠੀਆਂ ਚਲਾਓ ਸਿਰ ਪਾੜੋ ਡਾਂਗਾਂ ਨਾ ਮਾਰੋ ਕਿ ਜਿਹੜੇ ਡਾਕਟਰਾਂ ਦੀ ਵੀ ਭਰਤੀ ਹੋਊਗੀ ਪਹਿਲਾਂ ਜਿੰਨੇ ਮਹਿਕਮੇ ਸੀ ਜਾਂ ਪੁਰਾਣੀਆਂ ਸਰਕਾਰਾਂ ਵੇਲੇ ਮੁੱਖ ਮੰਤਰੀ ਦੀ ਸਿਕਿਉਰਿਟੀ 'ਚ ਵੀ ਜਿਹੜੇ ਆ ਗੈਰ ਪੰਜਾਬੀਆਂ ਨੂੰ ਭਰਤੀ ਕੀਤਾ ਗਿਆ ਹੁਣ ਤਾਜ਼ਾ ਭਰਤੀ ਜਿਹੜੀ ਆਮ ਆਦਮੀ ਪਾਰਟੀ ਵੇਲੇ ਵੀ ਹੋ ਗਈ ਐ ਨਿਯੁਕਤੀ ਪੱਤਰ ਵੰਡੇ ਗਏ ਉਹ ਵੀ ਬਾਹਰ ਲਿਆਂ ਨੂੰ ਵੰਡੇ ਗਏ ਇਸ ਦੇ ਪਿੱਛੇ ਕੀ ਕਾਰਨ ਹੋ ਸਕਦਾ ਮੈਨੂੰ ਲੱਗਦਾ ਜਿਹੜੇ ਬਾਕੀ ਸੂਬਿਆਂ ਦੇ ਭਰਤੀ ਹੋ ਰਹੇ ਨੇ ਮੁੰਡੇ ਆ ਕੇ ਸਭ ਤੋਂ ਜ਼ਿਆਦਾ ਬੇੜਾ ਪਹਿਲਾਂ ਜਿਹੜਾ ਗਰਕ ਕੀਤਾ ਉਹ ਸ਼੍ਰੋਮਣੀ ਅਕਾਲੀ ਦਲ ਸਰਕਾਰ ਨੇ ਬੇੜਾ ਕਰਕੇ ਕੀਤਾ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਕਿ ਜਿਹੜੇ ਸੀਐਮ ਸਿਕਿਉਰਟੀ ਦੇ ਵਿੱਚ ਹੀ ਕੋਈ 300 ਮੁੰਡਾ ਰੱਖਿਆ ਉਹਦੇ ਚ ਸਾਰੇ ਦਾ ਸਾਰਾ ਇਹਨਾਂ ਨੇ ਬਾਰਲਰ ਕਿ ਆ ਬਿਆਰ ਰਾਜਸਥਾਨ ਕੇਰਲਾ ਤਾਮਲਡੂ ਨਾ ਉਹਦੇ ਚ 300 ਚ 250 ਮੁੰਡਾ ਕੈਪਟਨ ਮਰੀਂਦਰ ਸਿੰਘ ਨੇ ਹੋਰ ਬੇੜਾਗਰ ਕਰਤਾਗਾ 300 ਇਹ ਦੋਨੇ ਬੇੜਾਗਰ ਕਰਕੇ ਫਿਰ ਬਿਜਲੀ ਬੋਰਡ ਦੇ ਵਿੱਚ ਭਰਤੀ ਨਿਕਲੀ ਉਹਦੇ ਚ ਗੈਰ ਪੰਜਾਬੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਜਦੋਂ ਮੁੱਦਾ ਉੱਠਿਆ ਕਿ ਸਿਕਿਉਰਟੀ ਦੇ ਵਿੱਚ ਵੀ ਗੈਰ ਪੰਜਾਬੀਆਂ ਦੀ ਪਰਮਾਰ ਭਰਤੀ ਕੀਤੇ ਗਏ ਇਹਨਾਂ ਪ੍ਰੈਸ ਕਾਨਫਰੰਸ ਕੀਤੀ ਹੁਣ ਜਿਹੜਾ ਭਗਵੰਤ ਮਾਨ ਸਾਹਿਬ ਦਾ ਪੈਨ ਹਰਿਆ ਪੈਨਾ ਉਹ ਹਰਿਆ ਪੈਨ ਅਜੇ ਤੱਕ ਪੰਜਾਬ ਦੇ ਮੁੰਡਿਆਂ ਵਾਸਤੇ ਤੇ ਕੰਮ ਨਹੀਂ ਆ ਰਿਹਾ ਹਰਿਆਪਨ ਜਰੂਰ ਕੰਮ ਆ ਰਿਹਾ ਕਿ ਜੇ ਕੋਈ ਸੰਗਰੂਰ ਚ ਧਰਨਾ ਲਾਉਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਧਰਨਾ ਲਾਉਣ ਦੋ ਉੱਥੇ ਹਰਿਆਪਨ ਕੰਮ ਆ ਰਿਹਾ ਹਰਿਆਪਨ ਕੰਮ ਆ ਰਿਹਾ ਇਨਡਾਇਰੈਕਟ ਵੇ ਦੇ ਨਾਲ ਕਿ ਜੇ ਧਰਨੇ ਦਿੰਦੇ ਆ ਕਿਤੇ ਕੁੱਟੋ ਲਾਠੀਆਂ ਚਲਾਓ ਸਿਰ ਪਾੜੋ ਡਾਂਗਾਂ ਨਾ ਮਾਰੋ ਭੰਨੂ ਇਹਨਾਂ ਨੂੰ ਚਾਹੇ ਜਿਹੜੀ ਉਹ ਕੁੜੀ ਸੀ ਜਿਹਨੂੰ ਭੈਣ ਬਣਾਲੇ ਹਰਵਿੰਦ ਕੇਜਰੀਵਾਲ ਚਾਹੇ ਉਹ ਵੀ ਉਹਵੇ ਨਾ ਇਹ ਹੁਣ ਜਿਹੜੇ ਬਿਲੀਬੋਰਡ ਵੈਟਰਨਰੀ ਡਿਪਾਰਟਮੈਂਟ ਚ ਡਾਕਟਰ ਰੱਖੇਗੇ ਨੇ 68 ਰੱਖੇ ਨੇ 68 ਚੋ ਯਾਰ 34 ਰਾਜਸਥਾਨ ਦੇ ਹਰਿਆਣੇ ਦੇ ਰੱਖੇਗੇ ਨਹੀਂ ਇਹ ਧਰੋ ਨਹੀਂ ਐ ਧੋਖਾ ਨਹੀਂ ਐ ਪੰਜਾਬ ਦਾ ਕਿਹੜਾ ਮੁੰਡਾ ਕੁੜੀ ਹੈ ਜਿਹਨੂੰ ਹਰਿਆਣੇ ਦੇ ਵਿੱਚ ਹਜੇ ਤੱਕ ਨੌਕਰੀ ਦਿੱਤੀ ਕਿਸੇ ਨੇ ਪੰਜਾਬ ਦਾ ਕਿਹੜਾ ਮੁੰਡਾ ਕੁੜੀ ਹੈ ਜਿਹਨੂੰ ਰਾਜਸਥਾਨ ਨੇ ਦਿੱਤੀ ਪੰਜਾਬ ਦਾ ਕਿਹੜਾ ਮੁੰਡਾ ਕੁੜੀ ਜਿਹਨੂੰ ਹਰਿਆਣੇ ਨੇ ਦਿੱਤੀ ਹੈ ਤੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਆ ਕੇ ਵੀ ਬਾਹਰਲੇ ਸੂਬੇ ਪਰਤੀ ਹੋ ਰਹੇ ਕੁੜੀਆਂ ਮੁੰਡੇ ਸਿਵਲ ਪ੍ਰਸ਼ਾਸਨ ਤੇ ਪੰਜਾਬ ਮੁੰਡੇ ਹੁਣ ਕੁੜੀਆਂ ਮੁੰਡੇ ਕੁੱਟਖਾਨ ਤੇ ਰਹਿ ਕੇ ਪੰਜਾਬ ਪੁਲਿਸ ਦੀ ਡਾਂਗਾ ਖਾਨ ਜੋਗੇ ਰਹਿ ਕੇ ਸੁਸਾਈਡ ਕਰਨ ਜੋਗੇ ਰਹਿ ਗਏ ਬਾਹਰ ਜਾਣ ਜਾ ਕੇ ਜੋ ਰਹਿ ਗਏ ਨੇ ਮੈਨੂੰ ਲੱਗਦਾ ਇਸ ਮਸਲੇ 'ਚ ਸ਼੍ਰੋਮਣੀ ਕਾਲੀ ਦਲ ਵਾਸਤੇ ਵੀ ਸ਼ਰਮ ਵਾਲੀ ਗੱਲ ਆ ਕਾਂਗਰਸ ਪਾਰਟੀ ਵਾਸਤੇ ਵੀ ਸ਼ਰਮ ਵਾਲੀ ਗੱਲ ਆ ਤੇ ਭਗਵੰਤ ਮਾਨ ਵਾਸਤੇ ਵੀ ਸ਼ਰਮ ਵਾਲੀ ਗੱਲ ਆ ਕਿ ਸਾਡੇ ਪੰਜਾਬੀ ਮੁੰਡਿਆਣਾ ਧੱਕਾ ਹੋ ਰਿਹਾ ਸਾਡੀਆਂ ਕੁੜੀਆਂ ਦੇ ਨਾਲ ਧੱਕਾ ਹੋ ਰਿਹਾ ਔਰ ਮੈਨੂੰ ਲੱਗਦਾ ਕਿ ਪੰਜਾਬ ਦੇ ਮੁੰਡਿਆ ਕੁੜੀਆਂ ਨੂੰ ਇਕੱਠੇ ਹੋਣਾ ਪਊਗਾ ਸਿਆਸੀ ਲੀਡਰਾਂ ਨੇ ਕੁਝ ਨਹੀਂ ਕਰਨਾ ਤੁਹਾਨੂੰ ਆਪਣਾ ਆਪੇ ਵੇਖੋ ਆਪ ਸਵਾਰਨਾ ਚਾਹੀਦਾ ਹੈਗਾ ਇਕੱਠੇ ਹੋ ਜੋ ਇੱਕ ਮੰਚ ਦੇ ਤਹਿਤ ਪੂਰੇ ਪੰਜਾਬ ਚ ਮੁੰਡਿਆਂ ਕੁੜੀਆਂ ਨੂੰ ਇਕੱਠਾ ਹੋ ਕੇ ਇੱਕ ਵਾਰ ਪਹੁੰਚੋ ਚੰਡੀਗੜ੍ਹ ਤੇ ਜਦੋਂ ਇੱਥੇ ਪਹੁੰਚ ਗਿਆ ਲੱਖ ਡੇਢ ਲੱਖ ਮੁੰਡਾ ਕੁੜੀ ਤੇ ਭਗਵੰਤ ਮਾਤਾ ਨੂੰ ਪਿਆ ਜਾਣ ਗਿਆ ਪਾਜੜਾ ਇਹ ਰੂਲ ਬਣ ਜਾਣੇ ਚਾਹੀਦੇ ਨੇ ਜੇ ਅਮਰੀਕਾ ਵਰਗੇ ਦੇਸ਼ ਦੇ ਵਿੱਚ ਇਹ ਕਿਹਾ ਜਾਂਦਾ ਹੈਗਾ ਕਿ ਅਮਰੀਕਾ ਫੋਰ ਅਮਰੀਕਨਸ ਤਾਮਲ ਆਡੂ ਦੇ ਵਿੱਚ ਤਾਮਲ ਨੂੰ ਨੌਕਰੀ ਆ ਮਹਾਰਾਸ਼ਟਰ ਵਿੱਚ ਮਰਾਠੀਆਂ ਨੂੰ ਨੌਕਰੀ ਰਾਜਸਥਾਨ ਵਿੱਚ ਰਾਜਸਥਾਨੀਆਂ ਹਰਿਆਣੇ ਦੇ ਵਿੱਚ ਹਰਿਆਣੇ ਨੂੰ ਹਿਮਾਚਲ ਦੇ ਵਿੱਚ ਪਹਾੜੀਆਂ ਨੂੰ ਨੌਕਰੀ ਮਿਲਦੀ ਹੈਗੇ ਤੇ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਕਿਉਂ ਨਹੀਂ ਦਿੱਤੀ ਜਾ ਸਕਦੀ ਇਸ ਕਰਕੇ ਰੂਲ ਬਣਾਉਣ ਦੇਣ ਚਾਹੀਦੇ ਸਰਕਾਰ ਨੂੰ ਭਰਤੀ ਰੂਲ ਬਣਾ ਲੈਣ ਚਾਹੀਦੇ ਕਿ ਸਿਰ ਪੰਜਾਬ ਦੇ ਵਿੱਚ ਉਹਨੂੰ ਨੌਕਰੀ ਮਿਲਣੀ ਚਾਹੀਦੀ ਆ ਜਿਹੜੇ ਮੂਲ ਰੂਪ ਦੇ ਵਿੱਚ ਪੰਜਾਬੀ ਆ ਨਹੀਂ ਤੇ ਇਹ ਜਿਹੜਾ ਡਰਾਮਾ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਨਾ ਕਿ ਕੋਈ ਵੀ ਇੱਥੇ ਆ ਕੇ ਭਰਤੀ ਹੋ ਜੇ ਤੇ ਇੱਕ ਪੰਜਾਬ ਭਾਸ਼ਾ ਵਿਭਾਗ ਇੱਕ ਟੈਸਟ ਲੈਂਦੀ ਆ ਉਹ ਸਿਰਫ ਹੁੰਦਾ ਵੀ ਤੁਹਾਨੂੰ ਊ ਡਾ ਡਾ ਤੇ ਘ ਗ ਰ ਰ ਘਰ ਤੇ ਇਦਾਂ ਦੇ ਸ਼ਬਦ ਕਰ ਲੋ ਤੇ ਤੁਸੀਂ ਪਾਸ ਜਾਂ ਫਿਰ ਜੇ ਇਹ ਨਹੀਂ ਕਰ ਸਕਦੇ ਇੱਕ ਮੂਲ ਰੂਪ ਚ ਪੰਜਾਬੀ ਨਹੀਂ ਹੋਣੀ ਚਾਹੀਦੀ ਤੁਸੀਂ 80% ਦੀ ਪੰਜਾਬੀਆਂ ਵਾਸਤੇ ਕਰਦੇ ਹੋ 90% ਦੀ ਪੰਜਾਬੀਆਂ ਵਾਸਤੇ ਕਰ ਨਹੀਂ ਤੇ ਫਿਰ ਕਹਿਦੇ ਨੇ ਕਿ ਸਿਰਫ ਦੇ ਸਿਰਫ ਪੰਜਾਬੀ ਲਾਜ਼ਮੀ ਆ ਦਸਵੀਂ ਤੱਕ ਉਹ ਸਾਨੂੰ ਟੈਸਟ ਨਹੀਂ ਹੋਣਾ ਚਾਹੀਦਾ ਜੇ ਟੈਸਟ ਵੀ ਲੈਣਾ ਤੇ ਫਿਰ ਉਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਲਊਗਾ 10ਵੀਂ ਦੇ ਪੈਟਰਨ ਦੇ ਲਊਗਾ ਜਿੱਦਾਂ ਦੇ 10ਵੀਂ ਦੇ ਵਿੱਚ ਫਾਈਨਲ ਪੇਪਰਾਂ ਦੇ ਵਿੱਚ ਆਉਂਦਾ ਜੇ ਹਰਿਆਣਾ ਸਰਕਾਰ ਕਹਿ ਸਕਦਾ ਕਿ ਪ੍ਰਾਈਵੇਟ ਨੌਕਰੀਆਂ ਦੇ ਵਿੱਚ ਹਰਿਆਣੇ ਦੇ ਲੋਕਾਂ ਦਾ ਰਾਖਵਾ ਕਰਨਾ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਕੋਈ ਬਿਮਾਰੀ ਹੈ ਇਹਨਾਂ ਦੇ ਢਿੱਡ ਪੀੜ ਹੁੰਦੀ ਆ ਇਹ ਕਿਉਂ ਨਹੀਂ ਕਰ ਸਕਦੇ ਤੇ ਮੈਨੂੰ ਲੱਗਦਾ ਕਿ ਭਗਵੰਤ ਮਾਨ ਸਾਹਿਬ ਨੂੰ ਵੀ ਕਰਨਾ ਚਾਹੀਦਾ ਹੈਗਾ ਕਿ ਰੋਜ਼ਗਾਰ ਸਿਰਫ ਤੇ ਸਿਰਫ ਠੀਕ ਹੈ ਅਸੀਂ ਭਾਰਤ ਪੰਜਾਬ ਭਾਰਤ ਦਾ ਹਿੱਸਾ ਲੇਕਿਨ ਬਾਕੀ ਨਹੀਂ ਹਿੱਸੇ ਹੈਗੇ ਬਾਕੀ ਕਿਉਂ ਕਾਣੀਵੰਡ ਰੱਖਦੇ ਨੇ ਹਰਿਆਣੇ ਵਾਲੇ ਹਿਮਾਚਲ ਵਾਲੇ ਉੱਤਰਾਖੰਡ ਵਾਲੇ ਮੈਂ ਨਹੀਂ ਦੇਖਿਆ ਕਿ ਉੱਥੇ ਜਾ ਕੇ ਕੋਈ ਪੰਜਾਬੀ ਨੌਕਰੀ ਕਰਦਾ ਹੋਊਗਾ ਮੈਂ ਨਹੀਂ ਦੇਖਿਆ ਹਰਿਆਣੇ ਦੇ ਵਿੱਚ ਕੋਈ ਨੌਕਰੀ ਕਰਦਾ ਹੋਊਗਾ ਪੰਜਾਬੀ ਇੱਥੇ ਜਿਹੜਾ ਵੀ ਆਉਂਦਾ ਭਰਤੀ ਹੋ ਜਾਂਦਾ ਦੇ ਹੁਣ ਜਿਹੜੇ ਵੈਟਰਨਰੀ ਡਾਕਟਰ ਨੇ ਹਰਿਆਣੇ ਵਾਲੇ ਰੱਖੇਗੇ ਠੀਕ ਹੈ ਉਹ ਪੰਜਾਬ ਦੇ ਪਿੰਡਾਂ ਵਿੱਚ ਜਾ ਕੇ ਲੱਗਣੇ ਉਹਨਾਂ ਨੂੰ ਨਾ ਪੰਜਾਬੀ ਸੱਭਿਆਚਾਰ ਦਾ ਪਤਾ ਇਹਨਾਂ ਉਹਦਾ ਬੋਲੀ ਦਾ ਪਤਾ ਨਾ ਡੰਗਰਾਂ ਦਾ ਪਤਾ ਬਰ ਸਰਟੀਫਿਕੇਟ ਬਣ ਆਪਣੀ ਵਾਲੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਬਾਹਰ ਬੈਠੇ ਰਹੇ ਧਰਨੇ ਆ ਤੇ ਕਿ ਸਾਨੂੰ ਨੌਕਰੀ ਲਈ ਸਾਮੀਆਂ ਖਾਲੀ ਪਈਆਂ ਕੱਢ ਦਿਓ ਨੌਕਰੀਆਂ ਨਹੀਂ ਅਸੀਂ ਤੇ ਜਿਹੜੇ ਪੰਜਾਬੀ ਮੁੰਡੇ ਕੁੜੀਆਂ ਨੇ ਇਹ ਤੇ ਕੁੱਟ ਖਾਣ ਵਾਸਤੇ ਰੱਖੇ ਨੇ ਡਾਂਗਾ ਖਾਣ ਵਾਸਤੇ ਰੱਖੇ ਨੇ ਪੁਲਿਸ ਵਾਲਿਆਂ ਵਾਸਤੇ ਨੇ ਵੀ ਤੁਹਾਡੀਆਂ ਡਾਂਗਾ ਨੂੰ ਜਗਾਲ ਲੱਗ ਜਾਂਦਾ ਹੈਗਾ ਤੁਸੀਂ ਕੁੱਟਿਆ ਕਰੋ ਉਹ ਜਗਾਲ ਲੱਥ ਜਾਊਗਾ ਤੇ ਮੈਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ ਵਾਸਤੇ ਬੜੀ ਸ਼ਰਮ ਵਾਲੀ ਗੱਲ ਹੈ ਚਾਹੇ ਸੁਬੀਸ਼ ਸਿੰਘ ਬਾਦਲ ਹੋਣੀ ਜਾਂ ਅਕਾਲੀ ਦਲ ਕਵੇ ਕਿ ਪੰਜਾਬ ਹਮੈਤੀਆਂ ਸਵਾਹ ਪੰਜਾਬ ਦੇ ਮਹੱਤੀਆ ਬੇੜਾ ਕਰਕੇ ਰੱਖਦਾ ਤੁਸੀਂ ਪੰਜਾਬ ਪੁਲਿਸ ਦਾ 300 ਬੰਦਾ ਬਾਹਰ ਲਈ ਭਰਤੀ ਕਰਦਾ ਜੇ ਸਾਡੇ ਪੰਜਾਬੀ ਜਿੰਨਾ ਕਰਕੇ ਬਾਰਡਰ ਹੈ ਮਜਬੂਤ ਨੇ ਚਾਹੇ ਸਿਆਚਨ ਦਾ ਬਾਰਡਰ ਹੈ ਚਾਹੇ ਨਾਚਰ ਪ੍ਰਦੇਸ਼ ਦਾ ਬਾਰਡਰ ਹੈ ਚਾਹੇ ਬਾਰਡਰ ਹੈ ਜੰਮੂ ਕਸ਼ਮੀਰ ਦਾ ਪੈਰਾ ਮਿਲਟਰੀ ਫੋਰਸਿਸ ਵਿੱਚ ਸਭ ਤੋਂ ਵੱਧ ਪੰਜਾਬੀ ਆਰਮੀ ਦੇ ਵਿੱਚ ਸਭ ਤੋਂ ਵੱਧ ਪੰਜਾਬੀ ਤੇ ਇਹਨਾਂ ਨੂੰ ਸਾਡੇ ਮੁੱਖ ਮੰਤਰੀਆਂ ਨੂੰ ਸਾਡੇ ਮੁੰਡਿਆਂ ਤੋਂ ਖਤਰਾ ਹੈਗਾ ਇਸ ਤੋਂ ਵੱਡੀ ਮੈਨੂੰ ਲੱਗਦਾ ਹੈ ਕਿ ਸ਼ਰਮ ਵਾਲੀ ਗੱਲ ਨਹੀਂ ਹੈਗੀ ਇਹ ਸਰਕਾਰਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਹੈਗਾ ਤੇ ਪੰਜਾਬ ਦੇ ਮੁੰਡਿਆਂ ਕੁੜੀਆਂ ਨੂੰ ਖੜੇ ਹੋਣਾ ਚਾਹੀਦਾ ਹੈਗਾ ਕਿ ਤੁਹਾਡੇ ਹੱਕਾਂ ਤੇ ਡਾਕੇ ਵਜ ਰਹੇ ਆਗੇ ਨੇ ਤੇ ਜੇ ਹੱਕਾਂ ਤੇ ਡਾਕੇ ਵਜਦੇ ਆਗੇ ਨਾ ਤੇ ਫਿਰ ਤੁਸੀਂ ਅਣਖੀ ਨਹੀਂ ਆਗੇ ਤੁਸੀਂ ਬੇਅਣਖੀ ਆ ਉਠੋ ਆਪਣੇ ਹੱਕ ਮੰਗੋ ਤੇ ਨੌਕਰੀਆਂ ਸਿਰ ਪੰਜਾਬ ਵਾਸਤੇ ਹੋਣੇ ਚਾਹੀਦੇ ਸਰਕਾਰਾਂ ਤੇ ਦਬਾਅ ਬਣਾਓ ਕਿ ਜੇ ਤੁਸੀਂ 100% ਨਹੀਂ ਕਰ ਸਕਦੇ ਜਿੱਤਾ ਬਾਕੀ ਸੂਬਿਆਂ ਨੇ ਕੀਤਾ ਹੈਗਾ ਨਾ ਉਹ ਕਾਨੂੰਨ ਇੱਥੇ ਲਾਗੂ ਹੋਣੇ ਚਾਹੀਦੇ ਇਹ ਨਹੀਂ ਹੈ ਕਿ ਪੰਜਾਬ ਚ ਆ ਕੇ ਬਾਹਰਲੇ ਲੋਕੀ ਆ ਕੇ ਤੇ ਰਾਜੇ ਬਣ ਜਾਣ ਤੇ ਸਾਡੇ 25-25 ਲੱਖ ਰੁਪਇਆ ਦੇ ਕੇ ਉਥੇ ਜਾ ਕੇ ਬੇਰ ਤੋੜਨ ਤੇ ਅੱਧੇ ਅਮਰੀਕਾ ਜਾ ਕੇ ਡੌਂਕੀ ਜਿਹੜਾ ਤਰੀਕਾ ਜ ਹੈਗਾ ਜਾ ਕੇ ਰਾਹ ਚ ਮਰ ਜਾਣ ਅਸੀਂ ਲੁੱਟਣ ਵਾਸਤੇ ਰੱਖੇ ਨੇ ਤੇ ਰਾਜੇ ਬਣ ਕੇ ਬਾਹਰਲੇ ਲੋਕ ਤੇ ਅਸੀਂ ਬਣ ਕੇ ਪਖਾਰੀ ਜਿਹੜੇ ਬਾਹਰਲੇ ਅਸੀਂ ਪ੍ਰਾਏ ਸੀ ਉਹ ਇੱਥੇ ਆਪਣੇ ਹੋ ਗਏ ਤੇ ਜਿਹੜੇ ਆਪਣੇ ਸੀ ਉਹ ਪ੍ਰਾਏ ਹੋ ਗਏ ਤੇ ਮੈਨੂੰ ਲੱਗਦਾ ਇਸ ਮਸਲੇ ਦੇ ਵਿੱਚ ਪੰਜਾਬੀਆਂ ਮੁੰਡਿਆਂ ਕੁੜੀਆਂ ਦੇ ਨਾਲ ਵੀ ਆਪਨੇ ਵੀ ਆਮ ਆਦੀ ਪਾਰਟੀ ਵੀ ਧੱਕਾ ਕਰ ਰਹੀ ਆ ਕੈਪਟਨ ਮਰੀਂਦਰ ਸਿੰਘ ਨੇ ਧੱਕਾ ਕੀਤਾ ਸੀ ਤੇ ਬਾਦਲਾਂ ਨੇ ਵੀ ਧੱਕਾ ਕੀਤਾ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਹੈ